सच में दिल करे ना रोजा हुआ मेरा कोई तो शर्म करो मेरा सामने खड़ा। A few moments later. बिस्मिल्लाहिर्रहमानिर्रहीम अस्सलामुअलैकुम जी मेरी आज YouTube फैमिली उम्मीद कर दिया कि तुसी खैरियत नाल होगे ते तुसी देख रहे हो मैं YouTube चैनल आमा शहजादी ते मेरी दुआ वा तुसी जिथे रहो सदा हस रहे हो वास्ते रहो शाद रहो ते आबाद रहो आ किसे दे घर परेशानियां अल्लाह ते अल्लाह दे हबीब दे सदके दूर होए अल्लाह मैं कुल कायनात दे घर बच बरक पाए अल्लाह मैं सारे दे दिली मुरादा पूरियां करे आमीन सुम्मा आमीन। जेड़े मेरे प्यारे बहन भाई मेरे चैनल से न्यू ने आगे मैं चैनल सब्सक्राइब नहीं किया जल्दी जल्दी जाओ चैनल सब्सक्राइब कर दो और बेल लाइक के बटन दबाना ना भूलियो ताकि हर आने वाली वीडियो बा आसानी नाल मेरे प्यारे बहन भाई तक पहुंच सके। ठीक हो गया आज अपना बड़ा जबरदस्त व्लॉग होने वाला वा आज आप सारा दिन मसरूफ होने लगे एक तो होंगे वा ना कि आप सुबह 11 बजे तक नहीं अज आप पूरे 10 बजे तक मसरूफ हाँ रात। चलो जी हम तुम दस दें मसरूफ क्यों आप करवानी अफतारी। ठीक हो गया चाचू ने अफतारी करवानी है चाचू ने हाफ जिम्मेदारी मेरे से सुटी है चटाइया वगैरह तो बंदोबस्त तू करना आलू वगैरह तू बॉइल करने छिलने तू ते बाकी देगा वगैरह मैं जाना तू जी गाइस चलो आओ दिखाने कड़ाई च की है हले फिलहाल तुहाडी भैन नूं कोई आइडिया नहीं कहने च की है की नहीं सब तो पहले तुसीं साडा किचन देखो गाँव का माहौल वी आई पी किचन सर्दियां च जिहड़ा इन्हां इत्थे सुकून आउंदा वा गरम गरम रहिंदा वा पर किचन अपना अंदर वी आ इस कोठी नहीं जिन्हों कहिंदे ਉਹ ਬਣਾਈ ਹੋਈ ਆ। ਠੀਕ ਅੱਗੇ ਤੇ ਆਓ ਹੁਣ ਆਪਾਂ ਕੜਾਈ ਵਾਲ ਚੱਲੀਏ ਦੇਖਦੇ ਇਹਦੇ ਚ ਕੀ ਆ ਤੇ ਕੀ ਨਹੀਂ। ਬਿਸਮਿਲ੍ਲਾ ਰਹਿਮਾਨੀ ਰਹੀਮ ਇਹ ਤਾਂ ਗਰਮ ਹੀ ਬਹੁਤ ਆ ਉੱਤੇ ਉਫ ਇਹਦੇ ਚ ਦੇਖਿਆ ਦੇਖੋ ਕੀ ਫਾਈਲ ਹੋ ਰਿਹਾ ਵਾ ਆਲੂ ਆਲੂ ਕੀ ਕਰਨੇ ਆ ਇਹ ਵੀ ਤੁਹਾਨੂੰ ਦੱਸਾਂਗੇ ਕੀ ਕੀ ਕਰਨੇ ਆ ਤੇ ਕੀ ਨਹੀਂ। ਆਓ ਤੁਹਾਨੂੰ ਹੁਣ ਅਸੀਂ ਇੱਕ ਨਵਾਂ ਡਰਾਮਾ ਦਿਖਾਈਏ ਵੀ ਸ਼ੁਗਲ ਆਹ ਦੇਖੋ ਆਹ ਕੀ ਆ ਅੱਜ ਕੱਲ੍ਹ ਦੇਖੋ ਹਾਲਾਤ ਕਿੱਦਾਂ ਦੇ ਲੋਕੀ ਬੱਠਲਾਂ ਚ ਵੀ ਪਾਣੀ ਵਗੈਰਾ ਪਾ ਕੇ ਬਰਤਨ ਵਗੈਰਾ ਧੋਂਦਾ ਜਾਂ ਮਾਲ ਵਗੈਰਾ ਪਾਉਂਦਾ ਇੰਨਾ ਤੇ ਫਿਰ ਕੰਮ ਹੀ ਉਹ ਜਿਹੜਾ ਪੁਦੀਨਾ ਨਹੀਂ ਸਾਰਾ ਇਹਦੇ ਵਿੱਚ ਲਾਇਆ ਹੋਇਆ ਵਾ ਇਹ ਕਿਉਂ ਲਾਇਆ ਨਾ ਕਿਸੇ ਨੂੰ ਪਤਾ ਹੋਊ ਤੇ ਨਾ ਪਤਾ ਲੱਗੂ ਕਿਉਂਕਿ ਕਾਫੀ ਨਾ ਵੱਡਾ ਵਾ। ਠੀਕ ਹੋ ਗਿਆ ਤੇ ਕਾਫੀ ਇਹਦੇ 'ਚ ਵੱਡਾ ਵੱਡਾ ਹੋਊਗਾ ਤੇ ਤੁਹਾਨੂੰ ਜਦੋਂ ਕਾਫੀ ਵੱਡਾ ਹੋ ਗਿਆ ਨਾ ਤੁਹਾਨੂੰ ਦਿਖਾਵਾਂਗੇ। ਹਾਂਜੀ ਗਾਈਸ ਉਧਰ ਤੁਹਾਨੂੰ ਮੈਂ ਸਾਰਾ ਦਿਖਾਤਾ ਤੇ ਇੱਧਰ ਦੇਖੋ ਹਮਜ਼ਾ ਆਮਨਾ ਤੇ ਇੱਧਰ ਮੇਰੀ ਕਜ਼ਨ ਜ਼ਾਰਾ ਬੈਠੇ ਆ ਤੇ ਇਹਨਾਂ ਕੋਲ ਪੁੱਛ ਰਿਹਾ ਕੀ ਕਰ ਰਹੇ ਹੋ ਤੇ ਕੀ ਨਹੀਂ ਇਹ ਕੀ ਕਰ ਰਹੇ ਹੋ ਤੁਸੀਂ ਆਉਂਦੇ ਸੀ ਤੇ ਨਾ ਪਤਾ ਨਹੀਂ ਕੀ ਬਣਾਉਣਾ ਵਾ ਕਹਿੰਦੇ ਆਲੂ ਛਿਲੋ ਪਾਪਾ ਕਹਿੰਦਾ ਸੀ ਦੇਖੋ ਸਾਡਾ ਅਸੀਂ ਇਹ ਨਾਈ ਰੱਖਿਆ ਹੋਇਆ ਆ ਸਾਰਾ ਕੰਮ ਕਰਦਾ ਵਾ ਦੇਖਾਂ ਤੂੰ ਬਣਾਣੇ ਹੁੰਦੇ ਆ ਹਾਂਜੀ ਤੇ ਪਕੌੜੇ ਵਗੈਰਾ ਵੀ ਤੂੰ ਸੋਨਿਆ ਤਲਨੇ ਆ ਹਾਂਜੀ ਹਾਂਜੀ ਚਲੋ ਚੰਗੀ ਗੱਲ ਆ ਇਹਦਾ ਦੇਖੋ ਇਹਨਾਂ ਵੀਰੋ ਟੱਪ ਰੱਖਿਆ ਹੋਇਆ ਵਾ ਤੇ ਇਹਨੇ ਜਿਨਾ ਛਿਲ ਕੇ ਰੱਖਣ ਦੇ ਆ ਤੇ ਫਿਰ ਕੱਟ ਕੁੱਟ ਕੇ ਸਾਰਾ ਕੁਝ ਕਰਨਗੇ ਤੇ ਤੁਹਾਡੀ ਭੈਣ ਨੇ ਜਿੰਨੀ ਕੋ ਜ਼ਿੰਮੇਵਾਰੀ ਆ ਬਸ ਉਸ ਦੁਆ ਕਰ ਕੇ ਉਹਨਾਂ ਮੈਂ ਸਾਰੀ ਸਾਈ ਜਲਦੀ ਜਲਦੀ ਪੂਰੀ ਕਰ ਲਾਂ। ਅਸਲਾਮ ਅਲੈਕੁਮ ਸਭ ਤੋਂ ਪਹਿਲੇ ਦੂਸਰੀ ਗੱਲ ਹੈ ਕਿ ਸ਼ਾਜ਼ੀਆ ਨੇ ਡਿਸਟਰਬ ਕਰਤਾ ਮੈਂ ਸੌਣਾ ਸੀ ਸਮਾਂ ਨਹੀਂ ਦਿੱਤਾ ਕਿਉਂਕਿ ਅਜੇ ਨੇ ਵਲੌਗ ਸਟਾਰਟ ਕੀਤਾ ਤੇ ਅਸੀਂ ਅੱਜ ਖੁਲਾ ਰਹੇ ਹਾਂ ਜੀ ਰੋਜ਼ੇ ਇਫਤਾਰੀ ਅਸੀਂ ਕਰਾ ਰਹੇ ਹਾਂ ਤੇ ਤਕਰੀਬਨ 100 ਤੋਂ 150 ਬੰਦਾ ਆਣਾ ਤੇ ਉਹਨਾਂ ਬੰਦੋਬਸਤ ਕਰਨ ਵਾਸਤੇ ਸ਼ਾਜ਼ੀਆ ਨੇ ਅੱਜ ਕੰਮ ਕਰਨਾ ਸੀ ਸ਼ਾਜ਼ੀਆ ਨੇ ਅੱਜ ਕੰਮ ਨਹੀਂ ਕੀਤਾ ਤੇ ਸ਼ਾਜ਼ੀਆ ਅੱਜ ਵਲੌਗ ਤੇ ਆ ਤੇ ਇਹ ਪਤਾ ਲੱਗੋ ਸ਼ਾਜ਼ੀਆ ਨੂੰ ਸ਼ਾਮੀ ਮੈਂ ਜਿਹੜਾ ਸ਼ਾਮ ਟਾਈਮ ਰੋਜ਼ਾ ਇਫਤਾਰ ਕਰਕੇ ਬਾਅਦ ਵਿੱਚ ਨਿਪਟਾਈ ਮੈਂ ਕਰਨੀ ਆ ਸ਼ਾਜ਼ੀਆ ਦੇ। ਚਾਚੂ ਮੇਰਾ ਖੁਦ ਰੋਜ਼ਾ ਮੈਂ ਰੋਜ਼ਾ ਵੀ ਖੋਲ ਕੇ ਕਰਨਾ ਸੀ ਨਾ ਆਪਾਂ ਵੀਡੀਓ ਬਣਾਣੀ। ਠੀਕ ਹੋ ਗਿਆ ਚਾਚੂ ਉਹਨਾਂ ਦੇਗਾਂ ਵਾਲ ਮਸਰੂਫ ਹੋਣਗੇ ਆਦਮੀ ਵਗੈਰਾ ਆਉਣਗੇ ਤੇ ਮੇਰੀਆਂ ਹੋਣਗੀਆਂ ਮੋਜਾਂ ਮਾਰ ਵਗੈਰਾ ਆਪਾਂ ਨੂੰ ਪਏਗੀ ਨਹੀਂ ਪਏਗੀ। ਅੱਛਾ ਮੈਨੂੰ ਮਾਰ ਕਿਉਂ ਪਾਉਗੀ ਚਾਚੂ ਮਾਰ ਇਸ ਵਾਰੀ ਤੂੰ ਪੈਣੀ ਆ ਕਿ ਤੂੰ ਕੰਮ ਹੀ ਨਹੀਂ ਕਰਾਇਆ ਰੋਜ਼ਾ ਸਾਥ ਵੀਰੋ ਇਹ ਦੱਸਿਆ ਰੋਜ਼ਾ ਹਰ ਬੰਦਾ ਰੱਖਦਾ ਕੀ ਇਹ ਰੋਜ਼ਾ ਰੱਖ ਕੇ ਸੌਂ ਜਾਣਾ ਚਾਹੀਦਾ ਜਾਂ ਕੰਮ ਕਰਨਾ ਚਾਹੀਦਾ ਇਹ ਤੁਸੀਂ ਡਿਪੈਂਡ ਕਰਨਾ ਇਹ ਦੇ ਤੁਸੀਂ ਅੱਛਾ ਠੀਕ ਹੋ ਗਿਆ ਵੀਰੋ ਜਿੰਨਾ ਰੋਜ਼ਾ ਹੈ ਥੋੜਾ ਜਿਹਾ ਆਰਾਮ ਕਰ ਸਕਦਾ ਚਾਚੂ ਦਾ ਰੋਜ਼ਾ ਵੀ ਨਹੀਂ ਹੈ ਤੇ ਚਾਚੂ ਫਿਰ ਵੀ ਲੇਟੇ ਹੋਏ ਆ ਦੇਖੋ ਇਹਨਾਂ ਦੇ ਦੇਖੋ ਇਲਜ਼ਾਮ ਲਾਈ ਜਾਂਦੇ ਆ ਚਾਚੂ ਤੇ ਉਹ ਤਾਂ ਕੋਈ ਇਲਜ਼ਾਮ ਨਹੀਂ ਲਗਾਇਆ ਚਾਚੀ ਹਾਂਜੀ ਗਾਈਸ ਆਪਾਂ ਹੁਣ ਬਣਾ ਰਹੇ ਆ ਅਫਤਾਰੀ ਦਾ ਸਮਾਨ। ਠੀਕ ਹੋ ਗਿਆ ਆ ਦੇਖੋ ਇੱਧਰ ਜਿਹੜੇ ਆਲੂ ਕੱਟੇ ਪਿਆ ਇਹ ਕੱਟੇ ਪਿਆ ਪਕੌੜਿਆਂ ਦੇ ਇੱਧਰ ਜਿਹੜਾ ਸਮਾਨ ਵਗੈਰਾ ਕੱਟਿਆ ਪਿਆ ਵਾ ਇਹ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇਹਨਾਂ ਦੇ ਪਕੌੜਿਆਂ ਦਾ ਸਮਾਨ ਬਣਾਵਾਂਗੇ ਤੇ ਇੱਧਰ ਹਾਂਜੀ ਗਾਇਸ ਪਕੌੜੇ ਦੇਖੋ ਆਪਣੇ ਜਿਹੜਾ ਪਕੌੜਿਆਂ ਦਾ ਸਮਾਨ ਵਗੈਰਾ ਬਣਾਇਆ ਸੀ ਦੇਖੋ ਮਾਸ਼ਾਅੱਲਾ ਪਕੌੜੇ ਵੀ ਆਪਣੇ ਹੋ ਰਹੇ ਆ ਤਿਆਰ। ਇਹਦਾ ਬਰਤਨ ਆਪਾਂ ਰੱਖਿਆ ਜਿੰਨਾ ਚ ਆਪਾਂ ਪਕੌੜੇ ਬਣਾ ਕੇ ਰੱਖਾਂਗੇ ਮੇਰੀ ਜਿਹੜੀ ਜ਼ਿੰਮੇਦਾਰੀ ਸੀ ਆਪਾਂ ਸਾਰਿਆਂ ਨੂੰ ਦੇਤੀ ਆ ਤੇ ਸਾਡੇ ਆਪਦਾ ਕੰਮ ਕੀਤੀ ਜਾਂਦੇ ਤੁਹਾਡੀ ਪੈਣ ਕਰੋਗੇ ਚਾਟ ਆਰਾਮ ਕਿਉਂਕਿ ਰੋਜ਼ਾ ਵਾ ਸਿਰ ਨੂੰ ਬਹੁਤ ਦਰਦ ਹੋ ਜਾਂਦੀ ਆ ਤਾਂ ਜਦੋਂ ਦੂਸਰਾ ਕੰਮ ਕਰਨ ਲੱਗੇ ਫਿਰ ਤੁਹਾਨੂੰ ਦਿਖਾਉਂਦੇ ਆ। ਤੇ ਤਿਆਰ ਹੋ ਗਿਆ ਹਾਂਜੀ ਬਸ ਹੋ ਹੀ ਗਿਆ ਸਾਰਾ ਕੰਮ ਮੁਕੰਮਲ ਹੋ ਗਿਆ ਸਾਰੇ ਤੇ ਤਿਆਰ ਹੋ ਗਿਆ ਆ ਚਾਟ ਮਸਾਲਾ ਪਾਉਣਾ ਹਾਂਜੀ ਗਾਈਸ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜਾ ਦਹੀਂ ਪੱਲਿਆ ਹੋ ਗਿਆ ਤਿਆਰ ਤੇ ਹੁਣ ਆਪਾਂ ਪਾ ਰਿਆ ਚਾਟ ਮਸਾਲਾ ਤੇ ਇਹ ਬੜੇ ਫਿਰ ਜ਼ਬਰਦਸਤ ਬਹੁਤ ਅੱਛਾ ਇਹਨਾਂ ਦਾ ਟੇਸਟ ਬਣ ਜਾਏਗਾ। ਬਸ ਜੀ ਆਪਣਾ ਮੁਕੰਮਲ ਹੋ ਗਿਆ ਜੀ ਤੁਹਾਨੂੰ ਪਕੌੜੇ ਵੀ ਦਿਖਾ ਦਿੱਤੇ ਸੀ ਆਪਨੇ ਹਾਂ ਚਾਚੇ ਜੀ ਗਾਈਸ ਆਪਨੇ ਇਹਦੇ ਨਾਲ ਪਾਣੀ ਹੋ ਗਿਆ ਵਾ ਤਿਆਰ
चल मैं फिर इनी दर्द हुई फिर बहन होगी फ्रेश कपड़े वगैरह स्टोले वगैरह हर चीज की चेंज एक बच्चे का शोर बहुत ज्यादा वा इधर अपन देख आई पे एक देगा बिरयानी।